ਦਿਆਂਗੇ ਠੋਕ ਕੇ, ਪੈਰਾਂ ਦਿਆਂਗੇ ਠੋਕ ਕੇ, ਜਬ ਜਬ ਮੋਦੀ ਡਰਤਾ ਹੈ ਈਡੀ ਕੋ ਆਗੇ ਕਰਤਾ ਹੈ, ਜਬ ਜਬ ਮੋਦੀ ਡਰਤਾ ਹੈ ਈਡੀ ਕੋ ਆਗੇ ਕਰਤਾ ਹੈ, ਕੇਜਰੀਵਾਲ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਕੇਜਰੀਵਾਲ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਸ੍ਰੀ ਅਰਵਿੰਦ ਕੇ ਸੋਚ ਤੇ ਦਿਆਂਗੇ ਠੋਕ ਕੇ, ਕੇਜਰੀਵਾਲ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਜਬ ਜਬ ਮੋਦੀ ਡਰਤਾ ਹੈ ਈਡੀ ਕੋ ਆਗੇ ਕਰਤਾ ਹੈ, ਜਬ ਜਬ ਮੋਦੀ ਡਰਤਾ ਹੈ ਈਡੀ ਕੋ ਆਗੇ ਕਰਤਾ ਹੈ, ਕੇਜਰੀਵਾਲ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਕੇਜਰੀਵਾਲ ਤੇਰੀ ਸੋਚ ਤੇ ਸਾਡੇ ਨਾਲ ਨੇ। ਹੁਣ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ। ਪੁਲਿਸ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ, ਅੱਜ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਈਡੀ ਦੀ ਕਾਰਵਾਈ ਦੇ? ਦੇਖੋ, ਜਿਹੜੀ ਈਡੀ ਨੇ ਕਾਰਵਾਈ ਕੀਤੀ ਆ ਉਹ ਨਰਿੰਦਰ ਮੋਦੀ ਦੇ ਬੀਜੇਪੀ ਸਰਕਾਰ ਦੇ ਇਸ਼ਾਰਿਆਂ ਤੇ ਕੀਤੀ ਆ, ਤੇ ਸਾਡੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਦਾ ਦਾਮਨ ਪਹਿਲਾਂ ਵੀ ਸਾਫ ਤੇ ਪਾਕ ਸੀ, ਚਿੱਟੀ ਚਾਦਰ ਨੇ ਸਾਡੇ ਨੇਤਾ ਅਰਵਿੰਦ ਕੇਜਰੀਵਾਲ, ਤੇ ਜਿੰਨਾ ਮਰਜ਼ੀ ਧੱਕੇਸ਼ਾਹੀ ਕਰ ਲੈਣ, ਅਸੀਂ ਇਹਨਾਂ ਦੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ। ਅਸੀਂ ਆਪਣੇ ਮਹਿਬੂਬ ਨੇਤਾ ਦੀ ਖਾਤਰ ਭਾਵੇਂ ਸਾਨੂੰ ਆਪਣੇ ਸਿਰ ਵੀ ਦੇਣੇ ਪਏ, ਅਸੀਂ ਪਛਾਣ ਨਹੀਂ ਹਟਾਂਗੇ। ਤੇ ਅੱਜ ਵੀ ਅਸੀਂ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਂ। ਲੋਕਤੰਤਰ ਆ, ਸਾਡਾ ਹੱਕ ਆ, ਸਾਡੇ ਨੇਤਾ ਨੂੰ ਨਜਾਇਜ਼ ਜੇਲ੍ਹ ਚ ਬੰਦ ਕੀਤਾ ਗਿਆ ਆ, ਤੇ ਅਸੀਂ ਇੱਥੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸਾਂ ਬੀਜੇਪੀ ਦੀ ਸ਼ਹਿ ਤੇ, ਨਰਿੰਦਰ ਮੋਦੀ ਦੇ ਸ਼ਹਿ ਤੇ। ਪੁਲਿਸ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ, ਡਾਂਗਾਂ ਨਾਲ ਕੁੱਟਿਆ ਗਿਆ। ਆ ਤੁਸੀਂ ਵੇਖ ਸਕਦੇ ਜੀ, ਉਸੇ ਤਰ੍ਹਾਂ ਬਾਹਾਂ ਤੇ ਨੀਲ ਪਏ ਆ। ਆ ਕੱਪੜੇ ਵੇਖੋ, ਕੱਪੜੇ ਸਾਰੇ ਪਾੜ ਦਿੱਤੇ ਗਏ ਆ, ਧੂ ਧੂ ਕੇ ਡਾਂਗਾਂ ਨਾਲ ਕੁੱਟਿਆ ਗਿਆ। ਤੇ ਇਹ ਉਦੋਂ ਕੋਈ ਨੇਤਾ ਕਰਦਾ ਆ ਜਦੋਂ ਉਹਨੂੰ ਡਰ ਹੋਵੇ, ਸੱਤਾ ਚੋਂ ਜਾਣ ਦਾ ਡਰ ਹੋਵੇ। ਨਰਿੰਦਰ ਮੋਦੀ ਨੂੰ ਲੋਕੀ ਸੱਤਾ ਚੋਂ ਬਾਹਰ ਕਰਨਗੇ। ਇੰਡੀਆ ਅਲਾਇੰਸ ਵਾਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਿਆਰ ਕਰਦੇ ਆ, ਇਹ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲੈਣ, ਸਾਨੂੰ ਜੇਲ੍ਹਾਂ ਚ ਬੰਦ ਕਰ ਲੈਣ। ਜਾਖੜ ਕਹਿ ਰਹੇ ਪ੍ਰੈਸ ਕਾਨਫਰੰਸ ਕਰਕੇ, ਹੁਣ ਪੰਜਾਬ ਚ ਵੀ ਈਡੀ ਨੂੰ ਅਸੀਂ ਮੰਗ ਕਰਾਂਗੇ ਕਿ ਇੱਥੇ ਵੀ ਜਿਹੜੀ ਹੈਗੀ ਹੈ ਉਹ ਕਾਰਵਾਈ ਕੀਤੀ ਜਾਵੇ ਪੰਜਾਬ ਦੇ ਵਿੱਚ। ਦੇਖੋ, ਜਿੰਨੇ ਕੋਈ ਗਲਤ ਕੀਤਾ ਉਹਦੇ ਤੇ ਕਾਰਵਾਈ। ਉਹ ਜਿਹੜਾ ਨਜਾਇਜ਼ ਕਿਸੇ ਨੂੰ ਡਰਾਉਣਾ, ਨਜਾਇਜ਼ ਕਿਸੇ ਨੂੰ ਪਰੇਸ਼ਾਨ ਕਰਨਾ, ਨਰਿੰਦਰ ਮੋਦੀ ਜੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੇ ਸੰਬਣ ਭੇਜੇ ਗਏ ਨਾ, ਉਹ ਸੰਬਣ ਤਾਂ ਹੀ ਭੇਜੇ ਗਏ ਕਿ ਅਰਵਿੰਦ ਕੇਜਰੀਵਾਲ ਸ਼ਾਇਦ ਝੁੱਕ ਕੇ ਬੀਜੇਪੀ ਨਾਲ ਆ ਜਾਣਗੇ। ਪਰ ਅਰਵਿੰਦ ਕੇਜਰੀਵਾਲ ਜੀ ਨਾ ਤੇ ਡਰੇ ਤੇ ਨਾ ਝੁਕੇ, ਨਾ ਪਿੱਛੇ ਹਟੇ। ਇਹ ਜਿੰਨੀਆਂ ਮਰਜ਼ੀ ਕਾਰਵਾਈਆਂ ਕਰ ਲੈਣ, ਇਹ ਇੱਕ ਤਰ੍ਹਾਂ ਦੇ ਮੈਡਲ ਨੇ ਸਿਆਸਤ ਦੇ ਵਿੱਚ। ਜਦੋਂ ਕਾਰਵਾਈਆਂ ਹੁੰਦੀਆਂ ਆ, ਇਹ ਵਿਰੋਧੀ ਪਾਰਟੀਆਂ ਦੇ ਕੰਮ ਹੁੰਦੇ ਆ ਕਾਰਵਾਈਆਂ ਕਰਨਾ, ਪਰ ਇਹ ਕੇਜਰੀਵਾਲ ਸਾਹਿਬ ਵਾਸਤੇ ਵੱਡਾ ਮੈਡਲ ਆ। ਇਹੋ ਮੈਡਲ ਇੱਕ ਦਿਨ ਅਰਵਿੰਦ ਕੇਜਰੀਵਾਲ ਜੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਏਗਾ।